ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਤਸਵੀਰਾਂ ਨਾ ਲਾਉਣ ਨੂੰ ਲੈ ਕੇ ਕੀਤਾ ਗਿਆ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵੱਲੋਂ ਇੱਕ ਲੈਟਰ ਜਾਰੀ, ਤਾਂ ਉਸ ਨੂੰ ਲੈ ਕੇ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਮਿਲੇ ਬਠਿੰਡਾ ਦੇ PRTC ਦੇ ਸੁਪਰਡੈਂਟ ਨੂੰ ਅਤੇ ਉਹਨਾਂ ਦੇ ਨਾਲ ਕੀਤੀ ਗੱਲਬਾਤ। ਵੀਰਵਾਰ ਨੂੰ 2 ਵਜੇ ਦੇ ਲਗਭਗ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬੋਲਦਿਆਂ ਕਿਹਾ ਕਿ ਜੋ ਇਹ ਲੈਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵੱਲੋਂ ਜਾਰੀ ਕੀਤਾ ਹੈ, ਅਸੀਂ ਉਸਦਾ ਵਿਰੋਧ ਕਰਦੇ ਹਾਂ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਦੀਆਂ ਤਸਵੀਰਾਂ 'ਤੇ ਇਹ ਕਿਉਂ ਇਤਰਾਜ਼ ਉਠਾਇਆ ਜਾ ਰਿਹਾ। ਇਸ ਨੂੰ ਲੈ ਕੇ ਅਗਰ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿ ਵੱਡਾ ਐਕਸ਼ਨ ਲਿਆ ਜਾਵੇਗਾ। ਇਸ ਸੰਬੰਧੀ ਸੁਪਰਡੈਂਟ ਸੀਤਾਰਾਮ ਨੇ ਕਿਹਾ ਕਿ ਇਸ ਤਰ੍ਹਾਂ ਦਾ ਲੈਟਰ ਜ਼ਰੂਰ ਆਇਆ, ਲੇਕਿਨ ਅੱਜ ਤੱਕ ਸਾਡੇ ਵੱਲੋਂ ਅੱਗੇ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਆਪਣੇ ਡਰਾਈਵਰਾਂ ਕੰਡਕਟਰਾਂ ਨੂੰ ਵੀ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਹਰਦੀਪ ਸਿੰਘ ਦਲ ਖਾਲਸਾ ਤੋਂ ਮਹਿਰਾਜ, ਅੱਜ ਅਸੀਂ ਇੱਥੇ ਆਏ ਸੀ ਆਪਣੇ ਬੱਸ ਸਟੈਂਡ ਦੇ ਵਿੱਚ ਜਿੱਥੇ ਇਹਨਾਂ ਦੀ ਰੋਡਵੇਜ਼ ਦੀ ਵਰਕਸ਼ਾਪ ਆ, ਉੱਥੇ ਇੱਕ GM ਸਾਹਿਬ ਦੇ ਦਫ਼ਤਰ 'ਚ ਚਿੱਠੀ ਆਈ ਸੀ ਜਿਹੜੀ 16/4/24 ਨੂੰ ਜਾਰੀ ਹੋਈ ਆ ਪਟਿਆਲਾ ਡਿਪੂ ਤੋਂ। ਉੱਥੇ ਕਿਉਂਕਿ ਸਾਰਾ ਹੈੱਡ ਆਫਿਸ ਵੱਡਾ ਉੱਥੇ ਆ, ਤੇ ਉੱਥੋਂ ਉਹਦੇ ਚਿੱਠੀ 'ਚ ਇਹ ਲਿਖਿਆ ਸੀ ਵੀ ਸੰਤਾਂ ਦੀਆਂ ਫੋਟੋਆਂ ਕਿਸੇ ਗੱਡੀ 'ਚ ਨਹੀਂ ਲੱਗਣੀਆਂ ਚਾਹੀਦੀਆਂ, ਤੇ ਜੇ ਲੱਗੀਆਂ ਨੇ ਤੇ ਉਹ ਲਵਾਓ। ਉਹ ਚਿੱਠੀ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ, ਤੇ ਉਹਦੇ ਸੰਬੰਧ ਚਿੱਠੀ ਆਈ ਹੈ। ਉਸ ਚਿੱਠੀ ਬਾਰੇ ਮੈਂ ਸੁਪਰਡੈਂਟ ਸਾਹਿਬ ਨਾਲ ਗੱਲ ਕਰੀ, ਉਹੀ ਮਿਲੇ ਨੇ, ਉੱਥੇ ਕੋਈ ਮਿਲੇ ਨਹੀਂ। ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਜੋ ਇਹਨੂੰ 2 ਸਾਲ ਪਹਿਲਾਂ ਰੌਲਾ ਪਿਆ ਸੀ ਤੇ ਉਹ ਅਸੀਂ ਇੱਕਦਮ ਇਹੋ ਜਿਹਾ ਕਿਸੇ ਕਿਸਮ ਦਾ ਕੋਈ ਰੌਲਾ ਨਹੀਂ ਪੈਣ ਦੇਵਾਂਗੇ, ਤੇ ਜਿਹਦੀ ਮਰਜ਼ੀ ਆ ਆਪਣੀ, ਜਿਹਦੀ ਡਿਸ ਡਰਾਈਵਰ ਦੀ ਜਾਂ ਕੰਡਕਟਰ ਦੀ, ਬੱਸ ਵਾਲੇ ਦੀ, ਆਪਦੇ ਮਾਲਕ ਦੀ ਜਾਂ ਜਿਵੇਂ ਵੀ ਕਿਸੇ ਦਾ ਹੈਗਾ, ਉਹਦੀ ਜਿਹਦੀ ਮਰਜ਼ੀ ਆ ਉਹ ਲਾਵੇ, ਆਪਦੀ ਮਰਜ਼ੀ ਆ ਲਾਵੇ, ਜਿਹਦੀ ਮਰਜ਼ੀ ਆ ਉਹ ਨਾ ਲਾਵੇ। ਸਾਡੇ ਵੱਲੋਂ ਕਿਸੇ ਨੂੰ ਕੋਈ ਆਰਡਰ ਨਹੀਂ ਦਿੱਤਾ ਜਾਊਗਾ, ਨਾ ਕੋਈ ਉਹਦੇ ਉੱਤੇ ਹੁਕਮ ਥੋਪਿਆ ਜਾਊਗਾ। ਬਾਬਾ ਜੀ, ਜੇ ਕੋਈ ਆਮ ਕੋਈ ਸਾਧੂ ਸੰਤ ਹੁੰਦੇ ਹੈਗੇ, ਉਹਨਾਂ ਦੀ ਜਿਹੜਾ ਕੋਈ ਜਿਹਨੂੰ ਮੰਨਦਾ ਉਹਦੀ ਫੋਟੋ ਲਾ ਲੈਂਦਾ ਜਾਂ ਰੱਖ ਲੈਂਦਾ, ਤੇ ਫਿਰ ਜੇ ਕੋਈ ਸ਼ਰਧਾ ਨਾਲ ਕੋਈ ਕਿਸੇ ਦੀ ਰੱਖਦਾ, ਕਿਉਂਕਿ ਹਰੇਕ ਤੇ ਇਤਰਾਜ਼ ਹੋਏ ਨਹੀਂ। ਵੈਸੇ ਨਾ ਇਤਰਾਜ਼ ਕਿਸੇ ਕਿਸੇ ਤੇ ਹੁੰਦਾ, ਸਾਰਿਆਂ ਤੇ ਹੁੰਦਾ ਨਹੀਂ ਹੁੰਦਾ, ਕਿਉਂਕਿ ਜਿਹੜੀ ਚੀਜ਼ ਕੋਈ ਚੁਭਦੀ ਹੋਵੇ ਆਪਾਂ ਉਸੇ ਚੀਜ਼ ਦਾ ਹੀ ਧਿਆਨ ਦਿੰਦੇ ਹਾਂ, ਦੂਜੀ ਦਾ ਤੇ ਆਪਾਂ ਦਿੰਦੇ ਹੀ ਨਹੀਂ ਨਾ, ਦੂਜੇ ਤੇ ਆਪਾਂ ਦਿਓ ਕੇ ਮੱਥਾ ਟੇਕ ਕੇ ਲੰਘ ਜਾਣਾ ਹੁੰਦਾ। ਪਰ ਜਿੱਥੇ ਸੰਤਾਂ ਦੀ ਗੱਲ ਆਉਂਦੀ ਆ, ਸੰਤਾਂ ਦੀ ਫੋਟੋ ਦੀ ਗੱਲ ਆਉਂਦੀ ਆ, ਉਹ ਬੜੀ ਚੁਭਦੀ ਆ, ਹਿੰਦ ਸਰਕਾਰ ਨੂੰ ਵੀ ਚੁਭਦੀ ਆ ਤੇ ਉਹ ਪੰਜਾਬ ਦੀ ਸਰਕਾਰ ਨੂੰ ਵੀ ਚੁਭਦੀ ਆ, ਕਿਉਂਕਿ ਰਾਜ ਤਾਂ ਇੱਕੋ ਹੀ ਧਿਰ ਕਰ ਰਹੀ ਹੈ ਨਾ, ਦਿੱਲੀ ਤੋਂ, ਦਿੱਲੀ ਵਾਲੇ ਹੀ ਇੱਥੇ ਕਰ ਰਹੇ ਨੇ, ਤੇ ਉਹ ਗਾਂ ਜਿਹੜੇ ਇੱਥੇ ਇਕੱਲਾ ਭਗਵੰਤ ਕੋਈ ਨਾ ਤੇ ਰਾਜਾ ਆ ਨਾ ਮੁੱਖ ਮੰਤਰੀ, ਇੱਕ ਸੂਬੇਦਾਰੀ ਉਹਨਾਂ ਨੇ ਇਹਨੂੰ ਦਿੱਤੀ ਆ, ਜੋ ਉੱਤੋਂ ਇਹਨੂੰ ਹੁਕਮ ਆ ਜਾਂਦਾ ਉਹ ਇਹ ਗਾਂ ਵਜਾ ਦਿੰਦਾ। ਪਰ ਇੱਥੋਂ ਜਿਹੜਾ ਇੱਥੋਂ ਸੁਪਰਡੈਂਟ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਕਿਤੇ ਕਿਸੇ ਕਿਸਮ ਦਾ ਕੋਈ ਰੌਲਾ ਗੌਲਾ ਨਹੀਂ ਅਸੀਂ ਇੱਥੇ ਪੈਣ ਦੇਵਾਂਗੇ, ਸਾਡੀ ਜ਼ਿੰਮੇਵਾਰੀ ਆ। ਜੇ ਡਰਾਈਵਰ ਦੀ ਜਾਂ ਕੰਡਕਟਰ ਦੀ ਆਪਣੀ ਮਰਜ਼ੀ ਆ ਵੀ ਉਹਨਾਂ ਨੇ ਸੰਤਾਂ ਦੀ ਫੋਟੋ ਲਾਉਣੀ ਆ, ਉਹਨਾਂ ਨੇ ਹਵਾਰੇ ਦੀ ਲਾਉਣੀ ਆ, ਜਿਹਦੀ ਮਰਜ਼ੀ ਲਾਉਣੀ ਆ ਲਾਉਣ, ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੋਊਗਾ। ਇਹਨਾਂ ਕੋਲ ਚਿੱਠੀ ਕਦੋਂ ਆਈ ਤੇ ਇਹਨਾਂ ਨੇ ਕੀ ਕਿਸਮ, ਇਹਨਾਂ ਨੂੰ ਵੀ ਚਿੱਠੀ ਅੱਜ ਸਵੇਰੇ ਆਈ ਆ, ਇਹਨਾਂ ਨੇ ਆਪਣੀ ਇਹਨਾਂ ਬਾਹਰ ਨਹੀਂ ਦਿੱਤੀ, ਇਹਨਾਂ ਨੇ ਆਪਣੀ ਜਿਹੜੇ ਕੋਈ ਮੇਨ 2-3 ਅਫਸਰ ਨੇ ਉਹਨਾਂ 'ਚ ਇਹਨਾਂ ਨੇ ਸ਼ੇਅਰ ਕੀਤੀ ਆ, ਤੇ ਬਾਕੀਆਂ ਨੂੰ ਅਜੇ ਕਿਸੇ ਨੂੰ ਹੋਰ ਨੂੰ ਚਿੱਠੀ ਦਾ ਪਤਾ ਨਹੀਂ। ਮੈਂ ਕਈ ਦਫ਼ਤਰਾਂ ਦੇ ਵਿੱਚ ਜਾ ਕੇ ਤੇ ਫੇਰ ਆਇਆ ਮੈਂ, ਉਦੋਂ ਬਾਅਦ ਮੈਨੂੰ ਸੁਪਰਡੈਂਟ ਸਾਹਿਬ ਮਿਲੇ ਸੀ। ਮੈਂ ਦੇਖਦਾ ਜਿਹੜਾ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀਆਂ ਚਿੱਠੀਆਂ ਕੱਢੀਆਂ ਜਾਂਦੀਆਂ, ਜਿਵੇਂ ਤੁਸੀਂ ਕਿਹਾ ਭਾਵਨਾਵਾਂ ਨੂੰ ਠੇਸ ਨਹੀਂ, ਮੈਂ ਦੱਸਿਆ ਭਾਵਨਾਵਾਂ ਨੂੰ ਠੇਸ ਤੇ ਜਦੋਂ ਜਿਹੜੀ ਚੀਜ਼ ਚੁਭਦੀ ਹੋਵੇ ਉਸੇ ਤੋਂ ਹੀ, ਉਸੇ ਵਾਸਤੇ ਹੀ ਇਹ ਸਾਰਾ ਕੁਛ ਹੁੰਦਾ ਨਾ। ਜਿਹੜੀ ਚੀਜ਼ ਕੋਈ ਮਹਿੰਗੀ ਚੀਜ਼ ਹੁੰਦੀ ਆ, ਜਿਹਦੇ ਤੋਂ ਡਰ ਹੁੰਦਾ ਆ, ਉਹਨਾਂ ਚੀਜ਼ਾਂ ਦਾ ਹੀ, ਜਿਹਨਾਂ ਚੀਜ਼ਾਂ ਦਾ ਚੋਰੀ ਹੋਣ ਦਾ ਡਰ ਹੋਵੇ, ਅਸੀਂ ਰਾਖੀ ਵੀ ਉਹਦੀ ਕਰਦੇ ਹਾਂ,
ਤੇ ਜਾਂ ਜਿਹੜੀ ਚੀਜ਼ ਸਾਨੂੰ ਚੁੱਭਦੀ ਹੋਵੇ ਤੇ ਅਸੀਂ ਐਕਸ਼ਨ ਵੀ ਉਹਦੇ ਤੇ ਲੈਂਦੇ ਹਾਂ। ਬਾਕੀ ਤਾਂ ਕੋਈ ਗੱਲ ਨਹੀਂ, ਸੰਤ ਦੇ ਹੋਰ ਮਹਾਂਪੁਰਖ ਜਿਹੜੇ ਨੇ ਬਹੁਤ ਨੇ, ਜਿੰਨੇ ਦੀਆਂ ਫੋਟੋਆਂ ਮੇਰਾ ਖਿਆਲ ਬੜੀਆਂ ਬੱਸਾਂ ਦੇ ਵਿੱਚ ਲੱਗੀਆਂ ਹੋਣਗੀਆਂ, ਇਕੱਲਾ ਪੰਜਾਬ ਦੇ ਵਿੱਚ ਨਹੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਹੋਣਗੀਆਂ, ਸੰਤਾਂ ਦੀਆਂ ਫੋਟੋਆਂ ਬਾਹਰਲੀ ਸਟੇਟ 'ਚ ਵੀ ਲੱਗੀਆਂ ਹੋਣਗੀਆਂ ਜ਼ਰੂਰ। ਜਿਹੜੇ ਉੱਧਰ ਪ੍ਰੋਗਰਾਮ ਕਰਦੇ ਨੇ ਜਦੋਂ ਬੈਨਰ ਕਢਾ ਕੇ ਲਾਉਂਦੇ ਨੇ ਤੇ ਕਿਉਂ ਨਾ ਫੋਟੋਆਂ ਲੱਗੀਆਂ ਹੋਣਗੀਆਂ, ਪਰ ਇਹ ਇੱਕ ਸਟੇਟ ਜੂ ਹਿੰਦ ਸਟੇਟ ਨਾਲ, ਕਿਉਂਕਿ ਇਹਨਾਂ ਤੀਜਾ ਘੱਲੂਘਰ ਆ ਉਦੋਂ ਨੇੜੇ ਆ ਗਿਆ, ਤਕਰੀਬਨ ਮਹੀਨਾ ਤੇ ਇੱਕ ਡੂਢੀ ਰਹਿ ਗਿਆ ਨਾ ਉਹਦੇ ਵਿੱਚ, ਇਹ ਉਸ ਉਹਨਾਂ ਚੀਜ਼ਾਂ ਨੂੰ ਦੁਬਾਰਾ ਜ਼ਖਮਾਂ ਨੂੰ ਗਰੇੜਨ ਦੇ ਵਾਸਤੇ ਇਹ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕਿਵੇਂ ਫਿਰ ਵੀ ਲਹਾਈਆਂ ਜਾਂਦੀਆਂ ਤੇ ਫਿਰ ਕਿਸ ਤਰ੍ਹਾਂ, ਜੇ ਫਿਰ ਵੀ ਲਵਾਈਆਂ ਜਾਂਦੀਆਂ ਸਾਡੇ ਕਹਿਣ ਦੇ ਬਾਵਜੂਦ ਵੀ, ਉਹਨਾਂ ਨੂੰ ਵਾਰਨਿੰਗ ਦੇਣ ਦੇ ਬਾਵਜੂਦ ਵੀ, ਉਹਨਾਂ ਨਾਲ ਬੈਠ ਕੇ ਗੱਲ ਕਰਨ ਦੇ ਬਾਵਜੂਦ ਵੀ, ਫਿਰ ਅਸੀਂ ਦੇਖਾਂਗੇ ਵੀ ਫਿਰ ਅਸੀਂ ਐਕਸ਼ਨ ਕੀ ਕਰਨਾ, ਫਿਰ ਮੌਕੇ ਦਾ ਐਕਸ਼ਨ ਹੋਊਗਾ, ਜਿਹੜਾ ਵੀ ਸਾਨੂੰ ਠੀਕ ਲੱਗੂਗਾ ਉਹ ਅਸੀਂ ਮੌਕੇ ਤੇ ਕਰਾਂਗੇ। ਹਾਂਜੀ, ਇਹ ਆਈ ਸੀ ਸਾਡੇ ਕੋਲ ਇੱਕ ਲੈਟਰ ਆਇਆ ਹੈਡ ਆਫ ਦੇ ਵਿੱਚੋਂ, ਵੀ ਜਿਹੜਾ ਇਹ ਲੈਟਰ ਸੀਗਾ ਵੀ ਜਿਹੜਾ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਤੋਂ ਸਰਦਾਰ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਹਟਾਉਣ ਬਾਰੇ, ਵੀ ਤੁਸੀਂ ਇਹਦੇ ਬਾਰੇ ਕੀ ਕਾਰਵਾਈ ਕਰਨਾ। ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਮਤਲਬ ਜਿਹੜਾ ਹੈਗਾ ਸੀ ਹਜੇ ਕਾਰਵਾਈ ਨਹੀਂ, ਸਾਡੇ ਕੋਲ ਲੈਟਰ ਜਸਟ ਆਇਆ ਹੀ ਆ, ਮੇਲ ਆਈ ਹੈ, ਜੋ ਵੀ ਇਹਦੀ ਕਾਰਵਾਈ ਸੀ ਉਹਦੇ ਹਿਸਾਬ ਨਾਲ ਕਰਾਂਗੇ। ਉਹ ਕਹਿੰਦੇ ਵੀ ਕੋਈ ਰੌਲਾ ਨਾ ਪਵੇ ਕਿਸੇ ਕਿਸਮ ਦਾ, ਉਸ ਹਿਸਾਬ ਨਾਲ ਤੁਸੀਂ ਕਰ ਆਨਲਾਈਨ। ਇਹ ਸਾਡੇ ਨਾਲ ਕਾਪੀ ਨੀ ਆਈ, ਉਹ ਕਾਪੀ ਕੱਢ ਕੇ ਦੇਖ ਦੋ ਜੀ ਕੀ ਮਾਨਯੋਗ ਕਮਿਸ਼ਨ ਸਾਹਿਬ ਦੇ ਕੀ ਦਿੱਤ ਉਹਦੇ ਹਿਸਾਬ ਨਾਲ ਕਰਵਾਈ। ਬਾਬਾ ਜੀ ਆਏ ਸੀ, ਉਹਨਾਂ ਨੇ ਕੀ ਗੱਲ ਕੀਤੀ? ਸਿਰਫ ਉਹਨਾਂ ਨੇ ਇੰਨੀ ਕਹਿ ਸੀ ਵੀ ਯਾਰ ਕੋਈ ਰੌਲਾ ਨਾ ਪਾਓ, ਤੁਸੀਂ ਤਰਾਤਾ ਨਹੀਂ ਦੇ, ਮੈਨੂੰ ਕਹਿੰਦਾ ਜਸਟ ਅਜੇ ਕਾਪੀ ਆਈ ਆ 5 ਮਿੰਟ ਲੈ ਕੇ। ਜੇ ਉਸ ਪੱਤਰ ਵਿੱਚ ਲਹਾਉਣ ਦੇ ਆਰਡਰ ਹੋਏ, ਕਿਸ ਤਰੀਕੇ ਨਾਲ ਲਹਾਉਣ ਦੇ ਦੀ ਪ੍ਰਕਿਰਿਆ ਚੱਲ ਰਹੀ ਹੈ? ਜੋ ਵੀ ਕਾਨੂੰਨ ਕਾਇਦੇ ਨਾਲ ਹੋਊ। ਠੀਕ ਹੈ।